ਸਾਡੇ YouTube ਚੈਨਲ ਏਕੰਕਾਰ ਦੀ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਨਿਮਰਤਾ ਸ਼ਬਦ ਦੀ ਪਰਿਭਾਸ਼ਾ ਜਾਣਾਂਗੇ। ਨਿਮਰਤਾ ਭਾਵ ਮਨ ਦਾ ਨੀਵਾਂ ਜਾਂ ਝੁਕਣਾ ਹੁੰਦਾ ਹੈ। ਨਿਮਰਤਾ ਇਨਸਾਨ ਲਈ ਅਪਾਰ ਗੁਣ ਹੈ, ਅਰਥਾਤ ਹਰ ਇੱਕ ਇਨਸਾਨ ਦਾ ਸੁਭਾਅ ਹਮੇਸ਼ਾ ਸ਼ਾਂਤ ਅਤੇ ਨਿਮਰ ਹੋਣਾ ਚਾਹੀਦਾ ਹੈ। ਨਿਮਰਤਾ ਦੀ ਮਹਾਨਤਾ ਇਸ ਸਲੋਕ ਵਿੱਚ ਸਾਫ਼ ਝਲਕਦੀ ਹੈ। ਨੀਚੋ ਊਚ ਕਰੇ ਮੇਰਾ ਗੋਬਿੰਦ, ਭਾਵ ਜਿਸ ਇਨਸਾਨ ਦਾ ਮਨ ਹੰਕਾਰ ਰਹਿਤ ਹੁੰਦਾ ਹੈ ਉਸਨੂੰ ਅਕਾਲ ਪੁਰਖ ਆਪ ਵਡਿਆਈ ਦਿੰਦੇ ਹਨ। ਨਿਮਰਤਾ ਵਿੱਚ ਹੀ ਸੇਵਾ, ਹਮਦਰਦੀ ਅਤੇ ਤਿਆਗ ਵਰਗੇ ਹੋਰ ਗੁਣ ਸਮਾਏ ਹੁੰਦੇ ਹਨ। ਸੇਵਾ ਅਤੇ ਸਤਸੰਗ ਜਿੱਥੇ ਸਾਡੀ ਆਪਸੀ ਸਾਂਝ ਵਧਾਉਂਦੇ ਹਨ, ਉੱਥੇ ਨਿਮਰਤਾ ਸਾਡੇ ਆਪਸੀ ਝਗੜੇ ਖਤਮ ਕਰਕੇ ਪਿਆਰ ਵਧਾਉਂਦੀ ਹੈ। ਮਨੁੱਖੀ ਸੁਭਾਅ ਵਿੱਚ ਨਿਮਰਤਾ ਹੋਣੀ ਇੱਕ ਵਡਮੁੱਲਾ ਗੁਣ ਹੈ। ਨਿਮਰ ਸੁਭਾਅ ਦਾ ਵਿਅਕਤੀ ਚੰਗੀ ਸ਼ਖਸੀਅਤ ਦਾ ਮਾਲਕ ਹੁੰਦਾ ਹੈ। ਨਿਮਰਤਾ ਇਨਸਾਨ ਲਈ ਜ਼ੇਵਰ ਦੀ ਤਰ੍ਹਾਂ ਹੁੰਦੀ ਹੈ, ਜਿਸ ਨੂੰ ਪਹਿਨ ਕੇ ਉਹ ਵਾਹਿਗੁਰੂ ਨੂੰ ਖੁਸ਼ ਕਰ ਸਕਦੇ ਹਨ। ਗੁਰਬਾਣੀ ਅਨੁਸਾਰ ਨਿਮਰ ਮਨੁੱਖ ਹਮੇਸ਼ਾ ਮਹਾਨਤਾ ਦੇ ਨੇੜੇ ਹੁੰਦਾ ਹੈ। ਅਸੀਂ ਨਿਮਰਤਾ ਅਤੇ ਹਲੀਮੀ ਨਾਲ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਕਰ ਸਕਦੇ ਹਾਂ। ਗੁਰੂ ਸਾਹਿਬਾਨ ਸਾਨੂੰ ਨਿਮਰਤਾ ਦਾ ਸੰਦੇਸ਼ ਦਿੰਦੇ ਹੋਏ ਕਹਿੰਦੇ ਹਨ, ਧਰ ਤਰਾਜ਼ੂ ਤੋਲੀਏ ਨੀਵੇਂ ਸੋ ਗੌਰਾ ਹੋਏ। ਇਸ ਸਲੋਕ ਰਾਹੀਂ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ ਕਿ ਤੱਕੜੀ ਦਾ ਜਿਹੜਾ ਪੱਲੜਾ ਝੁਕਦਾ ਹੈ ਉਸਦਾ ਹੀ ਭਾਰ ਜ਼ਿਆਦਾ ਹੁੰਦਾ ਹੈ, ਭਾਵ ਨਿਮਰਤਾ ਮਨੁੱਖ ਨੂੰ ਛੋਟਾ ਨਹੀਂ ਵੱਡਾ ਬਣਾਉਂਦੀ ਹੈ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਇਸ ਪੰਕਤੀ ਅਨੁਸਾਰ ਮੇਰੇ ਵਿੱਚ ਅਜਿਹਾ ਕੋਈ ਗੁਣ ਨਹੀਂ ਹੈ ਜਿਸ ਨਾਲ ਮੈਂ ਆਪਣੇ ਆਪ ਨੂੰ ਦੂਜਿਆਂ ਤੋਂ ਉੱਪਰ ਦੱਸ ਸਕਾਂ ਅਤੇ ਕਿਸੇ ਵਿੱਚ ਵੀ ਮੇਰੇ ਤੋਂ ਵੱਧ ਔਗਣ ਨਹੀਂ ਹਨ। ਮੈਂ ਇੱਕ ਨਿਮਾਣਾ ਮਨੁੱਖ ਆਪ ਦੀ ਸ਼ਰਨ ਆਇਆ ਹਾਂ। ਆਪ ਛੋਡੇ ਤਾਂ ਸਹੋ ਮਿਲੇ ਸੱਚਾ ਇਹ ਵਿਚਾਰ, ਭਾਵ ਸੰਤ ਵਾਰ ਵਾਰ ਇਹ ਗੱਲ ਦੱਸਦੇ ਹਨ ਕਿ ਹੇ ਮਨੁੱਖ, ਤੂੰ ਆਪਣੀ ਹਉਮੈ ਛੱਡ ਕੇ ਸੱਚੇ ਮਨ ਨਾਲ ਉਸ ਅਕਾਲ ਪੁਰਖ ਦੀ ਆਰਾਧਨਾ ਕਰ, ਤਾਂ ਹੀ ਤੈਨੂੰ ਮੁਕਤੀ ਮਿਲ ਸਕਦੀ ਹੈ। ਆਪਸ ਕਹੋ ਜੋ ਜਾਣੇ ਨੀਚਾ, ਸੋਏ ਗਣੀਏ ਸਭ ਤੇ ਉੱਚਾ, ਭਾਵ ਜੋ ਮਨੁੱਖ ਖੁਦ ਨੂੰ ਕੁਦਰਤ ਦੇ ਨੇੜੇ ਰੱਖਦਾ ਹੈ ਅਕਾਲ ਪੁਰਖ ਉਸਨੂੰ ਵੱਡਿਆਂ 'ਚ ਗਿਣਦੇ ਹਨ ਅਤੇ ਉਹ ਮਨੁੱਖ ਹੀ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਬਣਦਾ ਹੈ। ਸਿੱਖ ਗੁਰੂ ਸਾਹਿਬਾਨ ਨੇ ਨਿਮਰਤਾ ਦਾ ਉਪਦੇਸ਼ ਹੀ ਨਹੀਂ ਦਿੱਤਾ, ਸਗੋਂ ਐਸੀਆਂ ਬਹੁਤ ਸਾਰੀਆਂ ਮਿਸਾਲਾਂ ਵੀ ਦਿੱਤੀਆਂ ਹਨ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਉਹਨਾਂ ਨੇ ਨਿਮਰਤਾ ਨੂੰ ਆਪਣੇ ਜੀਵਨ ਵਿੱਚ ਵੀ ਅਪਣਾਇਆ ਹੈ। ਆਪਣੇ ਜੀਵਨ ਵਿੱਚ ਨਿਮਰਤਾ, ਸੁਹਿਰਦਤਾ ਅਤੇ ਉਦਾਰਤਾ ਨੂੰ ਜੀਵਨ ਦਾ ਹਿੱਸਾ ਬਣਾਇਆ ਹੈ। ਸਾਡੀ ਕਹਿਣੀ ਕਰਨੀ ਵਿੱਚ ਕੋਈ ਅੰਤਰ ਨਾ ਹੋਵੇ, ਕਿਉਂਕਿ ਐਸੇ ਮਨੁੱਖ ਜੋ ਉੱਪਰੋਂ ਨਿਮਰ ਰਹਿੰਦੇ ਹਨ ਪਰ ਅੰਦਰੋਂ ਹੰਕਾਰ ਰੱਖਦੇ ਹਨ, ਦਰਗਾਹ 'ਚ ਪ੍ਰਵਾਨ ਨਹੀਂ ਹੁੰਦੇ। ਇੱਥੇ ਨੀਵਾਂ ਹੋਣ ਦਾ ਅਰਥ ਸਰੀਰ ਦਾ ਝੁਕਣਾ ਨਹੀਂ, ਮਨ ਦਾ ਝੁਕਣਾ ਹੈ, ਹੰਕਾਰ ਨੂੰ ਕੱਢ ਕੇ ਨਿਮਰ ਹੋਣਾ ਹੈ। ਇਸ ਲਈ ਨਿਮਰਤਾ ਕੇਵਲ ਦਿਖਾਵੇ ਲਈ ਨਹੀਂ, ਮਨੁੱਖ ਦੇ ਮਨੋਂ ਹੋਣੀ ਚਾਹੀਦੀ।